हाँ जी, की हाल चाल जी? वधिया, ठीक ठाक। वीडियो नू करो शेयर, लाइक, कमेंट, चैनल नू करो सबसक्राइब। लो जी, समान लगिया कढ़न बाहर, फिर निकलो अपना जौंडियर बाहर, वो खड़ा मक्की वाली मशीन तो टिकाने की खड़ी आ जौंडियर वाली। अपनी आलू वाली पटाई वाली मशीन निकलू आ खड़ी है, दूई आ खड़ी है जेई वाली। ਚਲਾਤਾ ਕੰਮ ਲਾਗੇ ਕੱਢਣਾ ਸਿਆੜ ਜਿਹੜੇ ਕਟਾਈ ਦਾਦੀ ਆ ਦੇਖੋ ਪੂਰੀ ਕਰਤਾ ਵਾਲੀ ਹੈ ਪੂਰੀ ਆਣ ਰੋੜੀ ਵਾਲੀ ਤੋਂ बहुत वधिया पटाई करता जी, बहुत ही ज़्यादा वधिया। देखो दाना दाना पिया उसे, कोई हाथ मार भी रोकने कोई जला नहीं, फुल पैड़ी पैड़ी है, रेते वाली पैड़ी नहीं है। देखो चढ़ाई तक तो बस पक्की रोड़ी हो रही है, जी हड्डियों वर्गी है, कोई जला तो ज़्यादा कोई नहीं आता। जमीन अपने को घर दूर भी खड़ी है, वो चढ़ाई की वो डल ही करती है। फिर आप मशीन वाले लोग अभी पटाई कर रहे हैं, वो कर देंगे करके तो पहला लाया मैंने, एक बेड़ा लाया हजे आप चौके में चलते चलते हैं आप जी गेड़े चलते हैं हम आप मिस्त्री को ਨਾ ਤੇ ਜਾਂਦੇ ਗੌਰਮੈਂਟ ਨੇ।
एक बिल्लू नाल देसी मशीन दे आ जी घर नूं कर लिया ट्रैक्टर स्टार्ट ਪਾਣੀ ਲੱਗ ਗਏ ਲਾਉਣ ਮੱਕੀ ਨੂੰ ਕੱਲੇ ਲੱਗ ਗਏ ਸੀਗੇ ਜੀ ਲਾਉਣ ਇੰਨੀ ਕੁ ਭਰਤੀ ਸੀ ਕੱਲ੍ਹ ਆ ਦੇਖੋ ਇੱਧਰ ਵੀ ਅਤੇ ਇੱਧਰ ਵੀ ਅੱਜ ਲਾਈਟ ਫੇਰ ਆ ਗਈ ਚੱਲਦਾ ਜੀ ਕੰਮ ਉਹਦੇ ਲਾ ਰਹੇ ਨੇ ਪਾਣੀ ਆਪਾਂ ਚਿੱਟੇ ਦੀ ਟਰਾਲੀ ਆਲੂ ਆ ਵਿੱਚ ਉਹ ਪਾਵਾਂਗੇ ਲਾਈਦਾ ਲਾਈ ਚੱਲਿਆ ਬੀਜ ਵਾਲੇ ਆਲੂ ਦੇ ਆਹੀ 5-7 ਤੱਕ ਗੇੜੇ ਰਹਿ ਗਏ ਚੋ ਚੁਗਣ ਤੋਂ ਉਹਤੋਂ ਬਾਅਦ ਕਰਾਂਗੇ ਟਰਾਲੀ ਲੋਡ ਬੰਦੇ ਚੁਗ ਰਹੇ ਨੇ ਦੇਖੋ ਉਹ ਤੋਂ ਬਾਅਦ ਕਰਦੇ ਹਾਂ ਖੇਤ ਦੀ ਸਫਾਈ ਵਾਹ ਭਰੀਆ ਕਰਦੇ ਹਾਂ ਇਹਨੂੰ ਰੇਡੀ ਤਿਆਰ ਲਓ ਜੀ ਆਹ ਖੜਾ ਠੇਕੇਦਾਰ ਕਿਵੇਂ ਚੱਲਦਾ ਠੇਕੇਦਾਰ ਕੰਮ ਕੰਮ ਤਾਂ ਠੀਕ ਹੈ ਠੀਕ ਹੈ ਓਕੇ ਆ ਫਿਰ ਅੱਗੇ ਜੀ ਲੋਡਿੰਗ ਕਰਨ ਬੀ ਵਾਲੀ ਟਰਾਲੀ ਲਓ ਜੀ ਦੇਖੋ ਢਾਂਗਾਂ ਲਾ ਲਈਆਂ ਜੀ ਪੰਜਵੀਂ ਲੱਗ ਰਹੀ ਆ ਅੱਧੀ ਕੁ ਲੱਗ ਗਈ ਰਾਹ ਕਰ ਲਿਆ ਆਪਾਂ ਕੈੜਾ ਟਰੈਕਟਰ ਫੇਰ ਲਿਆ ਦੋ ਵਾਰੀ ਉਹ ਤੋਂ ਬਾਅਦ ਫਿਰ ਲੱਦ ਕੇ ਸਾਰਾ ਕੱਢਦੇ ਹਾਂ ਬਾਹਰ ਰਾਹ ਤਾਂ ਜ਼ਰੂਰੀ ਆ ਕਿਉਂਕਿ ਖੇਤ ਪਲਾਓ ਹੋਏ ਵੇ ਨੇ ਜੀ ਪਲਾਓ ਹੋਣ ਕਰਕੇ ਦੇਖੋ ਬੈਠ ਰਹੀ ਆ ਟਰਾਲੀ ਹੁਣ ਦੋ ਵਾਰੀ ਫੇਰ ਲਿਆ ਅੱਗੇ ਰੱਬ ਰਾਖਾ ਵੀ ਨਿਕਲਦੀ ਆ ਜਾਂ ਟੋਚਣ ਪਊ ਜੀ ਛੇ ਢਾਂਗਾਂ ਲੱਗ ਗਈਆਂ ਜੀ ਸੱਤਵੀਂ ਚੱਲ ਰਹੀ ਆ ਮਾਲ ਰਹਿੰਦਾ ਇੰਨਾ ਕੁ ਆਪਣਾ ਲੋਡ ਹੋਣ ਤੋਂ ਦੇਖਦੇ ਹਾਂ ਸਾਰਾ ਪੈਂਦਾ ਕਿ ਨਹੀਂ ਪੈਂਦਾ ਯਾਰ ਟੋਚਣ ਪਹਿਲਾਂ ਹੀ ਟਰੈਕਟਰ ਤੁਰਦਾ ਤੀ ਜਾਣ ਕੇ ਹੀ ਪਾ ਲਿਆ ਫਿਰ ਉੱਥੇ ਚਾੜਨਾ ਵੀ ਹੈ 420 ਬਾਈ ਕੱਟੇ ਨੇ ਵੱਧ ਹੋ ਸਕਦੇ ਨੇ ਘੱਟ ਨਹੀਂ ਗੇ ਖੇਤ ਲੱਗ ਗਏ ਬੰਦੇ ਚੁਗਣ ਚੁੱਕ ਕੇ ਫਿਰ ਬਹਾਂਗੇ ਆਹ ਦੇਖੋ ਰੋਜ ਦੱਸਾਂ ਬਾਈ ਕਰਦਾ ਬਜਾਈ ਮੱਕੀ ਦੀ ਲਓ ਜੀ ਰਿੰਕੂ ਬਾਈ ਨੇ ਨਿਬੇੜਤਾ ਜੀ ਕੰਮ ਵਾਹਤਾ ਖੇਤ ਆਹ ਲਓ ਦੇਖੋ ओके रिपोर्टर रिंकू।